ਹਾਜ਼ਰਾਂ ਸ਼ੋਅ ਜਿਸ ਦਾ ਨਾਮ ਹੈ ਜੀ ਫਿਲਮੀਵੁੱਡ, ਜਿਸ ਵਿੱਚ ਅਸੀਂ ਬਾਲੀਵੁੱਡ, ਬਾਲੀਵੁੱਡ ਤੇ ਹਾਲੀਵੁੱਡ ਦੀਆਂ ਖਾਸ ਖਬਰਾਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਜੋਰਾ ਦਾ ਸੈਕਿੰਡ ਚੈਪਟਰ ਫਿਲਮ ਦੀ ਅਦਾਕਾਰਾ ਜਪਜੀ ਖਹਿਰਾ ਤੇ ਦੀਪ ਸਿੱਧੂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਹਨਾਂ ਦੇ ਨਾਲ ਸਰਬਜੀਤ ਸਿੰਘ ਸਪਾਈਸ ਵੀ ਸਨ। ਨਾਲ ਹੀ ਇਹਨਾਂ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਨ ਤੋਂ ਬਾਅਦ ਉੱਥੇ ਬੈਠ ਕੇ ਕੀਰਤਨ ਵੀ ਸੁਣਿਆ। ਦੱਸ ਦਈਏ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਦੀਪ ਸਿੱਧੂ ਤੇ ਜਪਜੀ ਖਹਿਰਾ ਨੇ ਕਿਹਾ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਤੋਂ ਬਾਅਦ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਉਹ ਆਪਣੀ ਕਾਮਯਾਬੀ ਲਈ ਅਤੇ ਦੇਸ਼ ਦੀ ਏਕਤਾ ਅਤੇ ਸ਼ਾਂਤੀ ਕਾਇਮ ਰਹਿਣ ਲਈ ਅਰਦਾਸ ਕਰਨ ਆਏ ਸਨ ਅਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਵਾਹਿਗੁਰੂ ਸਾਹਿਬ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ। ਕਰਦੇ ਆ ਜੀ ਬਾਲੀਵੁੱਡ ਦੀ। ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੇ ਬੀਤੇ ਦਿਨ ਆਪਣਾ 33ਵਾਂ ਜਨਮ ਦਿਨ ਸੈਲੀਬ੍ਰੇਟ ਕੀਤਾ। ਇਸ ਵਾਰ ਉਹਨਾਂ ਨੇ ਆਪਣਾ ਜਨਮ ਦਿਨ ਬਹੁਤ ਹੀ ਖਾਸ ਢੰਗ ਨਾਲ ਮਨਾਇਆ। ਸ਼ਰਧਾ ਕਪੂਰ ਨੂੰ ਆਪਣੇ ਵਿਚਕਾਰ ਦੇਖ ਕੇ ਆਸ਼ਰਮ ਦੇ ਬੱਚੇ ਕਾਫੀ ਖੁਸ਼ ਨਜ਼ਰ ਆਏ। ਇਸ ਦੌਰਾਨ ਉਹਨਾਂ ਨੇ ਬੱਚਿਆਂ ਨਾਲ ਮਿਲ ਕੇ ਕੇਕ ਵੀ ਕੱਟਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦਾ ਬੀਤੇ ਦਿਨ 33ਵਾਂ ਜਨਮ ਦਿਨ ਸੀ, ਜਿਸ ਨੂੰ ਉਹਨਾਂ ਨੇ ਇਸ ਵਾਰ ਬੜੇ ਹੀ ਖਾਸ ਢੰਗ ਨਾਲ ਮਨਾਇਆ ਹੈ। ਦੱਸ ਦਈਏ ਕਿ ਸ਼ਰਧਾ ਕਪੂਰ ਨੇ ਆਪਣਾ ਜਨਮ ਦਿਨ ਮੁੰਬਈ ਦੇ ਸਮਾਜ ਸੇਵੀ ਸੰਸਥਾ ਵੱਲੋਂ ਚਲਾਏ ਜਾ ਰਹੇ ਬੱਚਿਆਂ ਦੇ ਆਸ਼ਰਮ ਵਿੱਚ ਮਨਾਇਆ ਹੈ। ਸ਼ਰਧਾ ਕਪੂਰ ਨੂੰ ਆਪਣੇ ਵਿਚਕਾਰ ਦੇਖ ਕੇ ਆਸ਼ਰਮ ਦੇ ਬੱਚੇ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਇਸ ਦੌਰਾਨ ਉਹਨਾਂ ਨੇ ਬੱਚਿਆਂ ਨਾਲ ਮਿਲ ਕੇ ਕੇਕ ਵੀ ਕੱਟਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਰਣਦੀਪ ਹੁੱਡਾ ਦੀ ਸ਼ਾਂਤੀ ਲਈ ਅਤੇ ਫਿਲਮ ਵਿੱਚ ਭਾਵਾਤਮਕ ਅਦਾਕਾਰ ਦੀ ਨਵੇਂ ਆਏ ਰੁਦਰਾਕਸ਼ ਜੈਸਵਾਲ ਦੀ ਪ੍ਰਸ਼ੰਸਾ ਕੀਤੀ। ਅਵੈਂਜਰ ਸਟਾਰ ਕ੍ਰਿਸ ਹੇਮਸਵਰਥ ਨੇ ਆਪਣੇ ਆਉਣ ਵਾਲੇ ਐਕਸ਼ਨ ਡਰਾਮੇ ਐਕਸਟ੍ਰੈਕਸ਼ਨ ਦੇ ਸਹਿ ਕਲਾਕਾਰਾਂ ਬਾਰੇ ਕੁਝ ਦਿਲਚਸਪ ਗੱਲਾਂ ਕਹੀਆਂ ਹਨ। ਉਹਨਾਂ ਨੇ ਰਣਦੀਪ ਹੁੱਡਾ ਦੀ ਸ਼ਾਂਤੀ ਲਈ ਫਿਲਮ ਵਿੱਚ ਰੁਦਰਾਕਸ਼ ਜੈਸਵਾਲ ਦੀ ਭਾਵਾਤਮਕ ਅਦਾਕਾਰੀ ਦੀ ਵੀ ਪ੍ਰਸ਼ੰਸਾ ਕੀਤੀ। ਦੱਸ ਦਈਏ ਕਿ ਇਸ ਫਿਲਮ ਵਿੱਚ ਹੇਮਸਵਰਥ ਨੇ ਟਾਇਲਰ ਰੇਕ ਦਾ ਰੋਲ ਅਦਾ ਕੀਤਾ ਹੈ, ਜੋ ਕਿ ਨੈੱਟਫਲਿਕਸ ਫਿਲਮ ਵਿੱਚ ਇੱਕ ਕਾਲਾ ਬਾਜ਼ਾਰ ਦਾ ਪਾੜਾ ਹੈ ਅਤੇ ਜੋ ਇੱਕ ਮਾਰੂ ਮਿਸ਼ਨ ਦੀ ਸ਼ੁਰੂਆਤ ਕਰਦਾ ਹੈ, ਜਦੋਂ ਉਹ ਕੈਦੀ ਅਤੇ ਅੰਤਰਰਾਸ਼ਟਰੀ ਅਪਰਾਧ ਦੇ ਮਾਲਕ ਦੇ ਅਗਵਾ ਕੀਤੇ ਬੇਟੇ ਨੂੰ ਬਚਾਉਣ ਲਈ ਸ਼ਾਮਿਲ ਹੁੰਦਾ ਹੈ। ਫਿਲਮ ਅਵੈਂਜਰਸ ਇਨਫਿਨਿਟੀ ਵਾਰ ਐਂਡ ਅਵੈਂਜਰਸ ਐਂਡ ਗੇਮ ਦੇ ਸਹਿ ਨਿਰਦੇਸ਼ਕ ਜੋ ਰਸੋ ਨੇ ਕਿਹਾ ਕਿ ਇਹ ਫਿਲਮ 24 ਅਪ੍ਰੈਲ 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਸੈਮ ਹਰਗਰੋਵਰ ਦੇ ਨਿਰਦੇਸ਼ਨ ਦੀ ਸ਼ੁਰੂਆਤ ਦੀ ਨਿਸ਼ਾਨਦੇਹੀ ਕਰਦੀ ਹੈ, ਜਿਸ ਨੇ ਸਟੰਟ ਕੋਆਰਡੀਨੇਟਰ ਵਜੋਂ ਕੰਮ ਕੀਤਾ ਹੈ। ਸਟਾਰ ਕ੍ਰਿਸ ਇਵਾਨਸ ਦੇ ਬਾਡੀ ਡਬਲ ਵਜੋਂ ਰਣਦੀਪ ਹੁੱਡਾ ਅਤੇ ਰੁਦਰਾਕਸ਼ ਜੈਸਵਾਲ ਨੇ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਹੇਮਸਵਰਥ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਫਿਲਮ ਅੰਤਰਰਾਸ਼ਟਰੀ ਦਰਸ਼ਕਾਂ ਨੂੰ ਪਸੰਦ ਆਵੇਗੀ, ਕਿਉਂਕਿ ਇਹ ਰੂਸੋ ਬ੍ਰਦਰਸ ਦੁਆਰਾ ਤਿਆਰ ਕੀਤੀ ਗਈ ਹੈ ਅਤੇ ਇਹ ਭਾਰਤੀ ਉਪ ਮਹਾਂਦੀਪ ਵਿੱਚ ਸੈੱਟ ਕੀਤੀ ਗਈ ਹੈ। ਦੱਸ ਦਈਏ ਕਿ ਫਿਲਮ ਦਾ ਕਾਰਜਕਾਰੀ ਸਿਰਲੇਖ ਢਾਕਾ ਸੀ ਅਤੇ ਇਹੀ ਜਗ੍ਹਾ ਹੈ ਜਿੱਥੇ ਜ਼ਿਆਦਾਤਰ ਕਿਰਿਆਵਾਂ ਹੁੰਦੀਆਂ ਹਨ, ਪਰ ਨਿਰਮਾਣ ਦੀ ਟੀਮ ਨੇ ਬਹੁਤੇ ਦ੍ਰਿਸ਼ਾਂ ਨੂੰ ਭਾਰਤ ਵਿੱਚ ਅਤੇ ਫਿਰ ਬੈਂਕਾਕ ਦੇ ਨਜ਼ਦੀਕ ਇੱਕ ਗਲੀ ਵਿੱਚ ਸ਼ੂਟ ਕੀਤਾ ਹੈ, ਜਿਸ ਨੂੰ ਬੰਗਲਾਦੇਸ਼ ਵਿੱਚ ਆਮ ਤੌਰ ਤੇ ਹਫੜਾ ਦਫੜੀ ਵਾਲੀ ਮਾਰਕੀਟ ਵਰਗਾ ਬਣਾਇਆ ਗਿਆ ਸੀ। ਸੋ ਇਹ ਸਨ ਜੀ ਬਾਲੀਵੁੱਡ, ਬਾਲੀਵੁੱਡ ਤੇ ਹਾਲੀਵੁੱਡ ਦੀਆਂ ਖਬਰਾਂ। ਹੋਰ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ ਦ ਟੀਵੀ ਐਨਆਰਆਈ ਦੇ ਨਾਲ।